ਇੱਕ ਪਰਿਵਾਸੀ ਆਪਣਾ ਕੰਮਕਾਰ ਖਤਮ ਕਰਕੇ ਘਰ ਨੂੰ ਵਾਪਸ ਜਾ ਹੀ ਰਿਹਾ ਸੀ ਕਿ ਪਿੱਛੋਂ ਆਏ ਤੇਜ਼ ਰਫ਼ਤਾਰ ਟਰੱਕ ਨੇ ਅਜਿਹੀ ਟੱਕਰ ਮਾਰੀ ਕਿ ਉਸਦੀ ਰੇੜੀ ਦੇ ਪਰ ਖੱਚੇ ਉੱਡ ਗਏ। ਤਸਵੀਰਾਂ ਅਜਿਹੀਆਂ ਖੌਫਨਾਕ ਸਾਹਮਣੇ ਆਈਆਂ ਜਿਸ ਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਦੋ ਟਰੱਕ ਆਪਸ ਵਿੱਚ ਰੇਸ ਲਗਾ ਰਹੇ ਸੀ। ਇੱਕ ਪਰਿਵਾਸੀ ਵਿਅਕਤੀ ਦੇ ਉੱਪਰ ਟਰੱਕ ਚੜਾ ਦਿੱਤਾ, ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਨੂੰ ਜਿਹੜਾ ਕਿ ਲਿਜਾਇਆ ਗਿਆ। ਉੱਥੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਕੰਮ ਤੋਂ ਘਰ ਨੂੰ ਵਾਪਸ ਰੇਹੜੀ ਲੈ ਕੇ ਆ ਰਹੇ ਸੀ, ਜਿਸ ਦੌਰਾਨ ਟਰੱਕ ਹੇਠਾਂ ਉਸ ਨੂੰ ਦਰੜ ਦਿੱਤਾ। ਡੈਡੀ ਦਾ ਐਕਸੀਡੈਂਟ ਹੋਇਆ ਭਾਈ, ਉਹ ਘਰ ਆਉਂਦੇ ਸੀ ਰੇਹੜੀ ਲੈ ਕੇ, ਠੀਕ, ਮੈਂ ਨਾਲ ਹੀ ਅੱਗੇ ਸੀ ਥੋੜ੍ਹਾ ਜਿਹਾ, ਪਾਰਸ ਕੁਮਾਰ ਸੱਤੂ ਦੀ ਰੇੜੀ ਲਾਉਂਦੇ ਸੀ ਤਰਨ ਤਾਰਨ ਰੋਡ 'ਤੇ। ਉਹ ਘਰ ਆਉਂਦੇ ਰਾਤੀ 7:10 ਸਾਢੇ 10 ਵਜੇ ਦਾ ਟਾਈਮ ਸੀ, ਠੀਕ ਆ। ਉਹ ਆਉਂਦੇ ਪਏ ਸੀ ਆਪਣੇ ਰਾਹ ਆਉਂਦੇ ਆ, ਉਹ ਪਿੱਛੋਂ ਟਰੱਕ ਡਰਾਈਵਰ ਬੜੀ ਸਪੀਡ ਰੇਸ 'ਤੇ ਆਉਂਦੇ, ਦੋਵੇਂ ਰੇਸਾਂ ਲੈਂਦੇ ਆਉਂਦੇ ਦੋਵੇਂ ਟਰੱਕ ਡਰਾਈਵਰ, ਪੂਰੀ ਵੀਡੀਓਗ੍ਰਾਫੀ ਪੂਰਾ ਪ੍ਰੂਫ ਹੈਗਾ ਆਪਣੇ ਕੋਲ। ਉਹਨਾਂ ਨੇ ਪਿੱਛੋਂ ਉਡਾਈ ਆ, ਉਡਾ ਕੇ ਉੱਤੇ ਚੜਾ ਦਿੱਤੀ, ਉੱਤੇ ਲੰਘਾ ਕੇ ਉਹਨੇ ਇੱਕ ਨੇ ਭਜਾ ਲਈ ਆ ਨਾਲ, ਦੂਜੇ ਨੇ ਪਹਿਲਾਂ ਰੋਕੀ ਆ ਗੱਡੀ, ਉਹਨੇ ਵੇਖਿਆ ਕਿ ਡੈਡੀ ਮੇਰੇ ਹਿੱਲਣ ਦੇ ਆ, ਰੋਕ ਲਈ ਸੀ ਪੂਰੀ ਵੀਡੀਓ ਸਾਫ ਪਤਾ ਲੱਗਣ ਦਾ, ਉਹਨੇ ਰੋਕੀ ਫਿਰ ਉਹਨੇ ਟਾਇਰ ਘੁਮਾਇਆ ਮਾੜਾ ਅਤੇ ਉੱਤੇ ਉੱਤੇ ਚੜਾਤੀ ਡੈਡੀ ਦੇ ਉੱਤੇ ਰੋਕਤੀ ਉਹਨੇ ਨਾਲ ਹੀ। ਤਿੰਨ ਦਿਨ ਹੋ ਗਿਆ, ਕੋਈ ਸੁਣਵਾਈ ਨਹੀਂ, ਪੋਸਟਮਾਰਟਮ ਪੁਲਿਸ ਪ੍ਰਸ਼ਾਸਨ ਕੋਈ ਗਏ ਆ ਤਾਂ ਇਹਨਾਂ ਨੇ ਜਮਾਨਤ 'ਤੇ ਬੰਦੇ ਛੱਡ ਵੀ ਦਿੱਤੇ ਇਹਨਾਂ ਦੇ ਨਾਲ, ਨਾ ਇਹਨਾਂ ਨੂੰ ਕੁਛ ਦੱਸਿਆ ਵਾ ਨਾ ਕੁਛ ਕੀਤਾ ਵਾ, ਨਾ ਜਦੋਂ ਆਪਾਂ ਪਹੁੰਚੇ ਡਰਾਈਵਰ ਨੂੰ ਚਾਵਾਂ ਫਲਾਉਂਦੇ ਸੀ ਇਹ, ਠੀਕ ਆ ਨਾ, ਨਾ ਇਹਨਾਂ ਨੂੰ ਲੋਕਅਪ 'ਚ ਰੱਖਿਆ ਵਾ, ਨਾ ਇਹਨਾਂ ਨੂੰ ਕੁਛ ਕੀਤਾ ਹਜੇ ਤੱਕ, ਨਾ ਉਹ ਬੰਦੇ ਵਾਪਸ ਸੱਦਣ ਦੇ ਇਹਨਾਂ ਨੂੰ ਕਿਹਾ, ਇਹਨਾਂ ਇਹ ਕਹਿੰਦੇ ਕਿ ਜਮਾਨਤ 'ਤੇ ਜਿਹੜੇ ਛੱਡੇ ਸੀ ਵਾਪਸ ਸੱਦਣ ਲੱਗੇ, ਨਾ ਇਹਨਾਂ ਨੂੰ ਵਾਪਸ ਸੱਦੇ ਆ, ਧਾਰਾਵਾਂ ਇਹਨਾਂ ਨੇ ਚੇਂਜ ਕੀਤੀਆਂ ਵਾ, FIR ਦੀ ਤੁਹਾਨੂੰ ਮੈਂ ਫੋਟੋ ਭੇਜ ਦਾਂਗਾ, ਧਾਰਾਵਾਂ ਕਹਿੰਦੇ ਕਿ ਚੇਂਜ ਕਰਨੀਆਂ ਵਾ, ਉਹ ਚੇਂਜ ਵੀ ਨਹੀਂ ਕਰਨਦੇ, ਉਹ ਕਹਿੰਦੇ ਕਿ ਤੁਸੀਂ ਪੋਸਟਮਾਰਟਮ ਕਰਾਓ, ਸੰਸਕਾਰ ਕਰੋ, ਫੇਰ ਕਰ ਦਾਂਗੇ ਬੰਦੇ ਅਗਲੇ ਕੋਈ ਛੱਡਣ ਨਾ, ਟਰੱਕਾਂ ਦੋਵੇਂ ਲੱਗੇ ਹੋਏ ਆ। ਹਾਂਜੀ, ਬੰਦੇ ਪਹਿਲਾਂ ਸੱਦਦੇ, ਕਹਿੰਦੇ ਕਿ ਉਹਨਾਂ ਮੌਕੇ 'ਤੇ ਜਮਾਨਤ ਕਰ ਦੇਣੀ ਆਪਾਂ, ਤਾਂ ਉਹ ਕਰਤੀ ਹੈ, ਪਹਿਲਾਂ ਹੀ ਕਰਤੀ, ਹੁਣ ਕਹਿੰਦੇ ਕਿ ਨਹੀਂ ਆਪਾਂ ਸੱਦਲੇ ਵਾਪਸ, ਉਹ ਗਏ ਨਹੀਂ ਕਿਤੇ, ਪਹਿਲਾਂ ਨੂੰ ਇਹ ਕਹਿੰਦੇ ਸੀ ਕਿ ਆਪਾਂ ਕੱਲ੍ਹ ਹੀ ਛੱਡਦੇ ਆ, ਅੱਜ ਸਵੇਰੇ ਆਏ ਹਾਂ ਤਾਂ ਕਹਿੰਦੇ ਆਪਾਂ ਛੱਡੇ ਹੀ ਨਹੀਂ ਸੀ, ਅਤੇ ਉਹ ਹਜੇ ਤੱਕ ਬੰਦੇ ਵਿਖਾਏ ਨਹੀਂ ਆ, ਉਹ ਆਏ ਨਹੀਂ ਹਜੇ ਤੱਕ ਬੰਦੇ ਵਿਖਾਏ ਵੀ ਨਹੀਂ ਉਹਨਾਂ ਨੇ। ਪਰਸੋਂ ਰਾਤ ਜਿਸ ਟਾਈਮ ਐਕਸੀਡੈਂਟ ਆਇਆ ਉਸ ਤੋਂ ਅੱਧੇ ਘੰਟੇ ਤੱਕ ਬੰਦੇ ਆ ਗਏ ਸੀ ਮੌਕੇ 'ਤੇ, ਫੜੇ ਗਏ ਸੀ ਉਹ ਮੌਕੇ 'ਤੇ, ਇਹਨਾਂ ਦਾ ਫਰਜ਼ ਬਣਦਾ ਸੀ ਮੌਕੇ ਦੇ ਨਾਂ ਨੂੰ ਪੁੱਛਣ, ਜਿਹੜੀ FIR ਦਿੱਤੀ ਇਹਨਾਂ ਨੇ ਮੌਕੇ 'ਤੇ, ਇਹਨਾਂ ਦਾ ਫਰਜ਼ ਬਣਦਾ ਸੀ ਨਾਮ ਲਿਖਣ ਡਰਾਈਵਰ ਦਾ, ਉੱਥੇ ਮੈਡੀਕਲ ਟੈਸਟ ਕਰਾਉਣਾ, ਮੈਡੀਕਲ ਟੈਸਟ ਹੋਇਆ ਇਹਨਾਂ ਨਾਲ ਲਿਖਿਆ, ਗੱਡੀ ਦੋਵੇਂ ਉੱਥੇ ਲੱਗੀਆਂ ਹੋਈਆਂ ਵਾ ਥਾਣੇ ਦੇ ਬਾਹਰ, ਓਵਰਲੋਡਿੰਗ ਗੱਡੀਆਂ ਸੀ ਦੋਵੇਂ, ਓਵਰਲੋਡ ਗੱਡੀਆਂ ਸੀ ਦੋਵੇਂ, ਮਾਲ ਨਾਲ ਭਰੀਆਂ ਹੋਈਆਂ, ਝੋਨੇ ਦੀਆਂ ਗੱਡੀਆਂ, ਝੋਨੇ, ਸਰਕਾਰ ਉਹੀ ਨਿਆਂ ਚਾਹੀਦਾ, ਇਨਸਾਫ ਚਾਹੀਦਾ, ਹੋਰ ਕੀ ਚਾਹੀਦਾ। ਦੂਜੇ ਪਾਸੇ ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਰਹੇ ਹਾਂ। ਇਹ ਮਿਤੀ 1 ਤਰੀਕ ਰਾਤ ਨੂੰ 9:30 ਵਜੇ ਦੀ ਗੱਲ ਆ, ਇਹ ਰੇਹੜੀ ਲਾ ਕੇ ਆਪਣੇ ਸੱਤੂ ਦੀ ਰੇਹੜੀ ਲਾਉਂਦੇ ਤਰਨ ਤਾਰਨ ਰੋਡ ਦੇ ਉੱਤੇ, ਅਤੇ ਘਰ ਨੂੰ ਜਾ ਰਿਹਾ ਸੀ, ਅਤੇ ਉੱਧਰੋਂ ਟਰੱਕ 1 ਆਇਆ ਸੀ ਦਹਾਂ ਵਾਲੇ ਪਾਸਿਓਂ, ਪਹਿਲੇ ਨੇ ਟੱਕਰ ਮਾਰੀ ਆ ਅਤੇ ਦੂਜਾ ਟਰੱਕ ਇਹਦੇ ਉੱਤੇ ਚੜ ਗਿਆ ਅਤੇ ਇਹਦੀ ਉਹਦੀ ਮੌਤ ਹੋ ਗਈ ਆ। ਨਹੀਂ ਨਹੀਂ ਫੜੇ ਫੜੇ ਛੱਡੇ ਕਿੱਥੇ ਉਹਦੇ, ਹਾਂਜੀ ਉਹਨਾਂ ਦੇ ਆਪਣੇ, ਉਹਨਾਂ ਦੇ ਮਚਲ ਕੇ ਭਰ ਕੇ ਜਮਾਨਤਨਾਮੇ ਭਰ ਕੇ ਉਹਨਾਂ ਦੇ, ਜੋ ਜਮਾਨਤ ਯੋਗ ਹੋਣ ਕਰਕੇ ਅਤੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਜਮਾਨਤਾਂ ਭਰ ਕੇ ਅਤੇ ਫੇਰ ਛੱਡਿਆ ਉਹਨਾਂ ਨੂੰ। ਜੇ ਜੋ ਵੀ ਮਤਲਬ ਲਾ ਦੇ ਮੁਤਾਬਕ ਜੋ ਵੀ ਕੋਈ ਧਾਰਾ ਲੱਗਦੀ ਹੋਵੇਗੀ ਅਸੀਂ ਜ਼ਰੂਰ ਲਾਵਾਂਗੇ। ਦੇਖਿਆ ਜਾਵੇ ਤਾਂ ਤੇਜ਼ ਰਫ਼ਤਾਰੀ ਕਰਕੇ ਹੁਣ ਤੱਕ ਅਨੇਕਾਂ ਹਾਦਸੇ ਵਾਪਰ ਗਏ ਨੇ, ਜਿਸਦੇ ਵਿੱਚ ਅਨੇਕਾਂ ਲੋਕ ਆਪਣੀ ਜਾਨ ਤੱਕ ਗੁਆ ਗਏ। ਹਕੀਕਤ TV ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।